Satya, Satya, Pantasha.
Ah.
सत्यो कथा पढ़े पुराण जियो हर पाया सतगुर पूर्णिया हर मिलिया पुरख सुजान जियो रामदास सोडी तिल बिंदिया गुर शब्द सच निशान जियो सतगुर पुरख जे बोलिया गुर सिखा मन नहीं रजाए जियो मोहरी पुत सनमुख होया राम दास करी पाए जियो सब पल करी सतगुरु की जिथै गुरु तेरे तुम्हारी कृपा
ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਸੁਣ ਕੇ ਅੰਮ੍ਰਿਤ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਨਾਨਕ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਤਸੀਸ ਦਿੱਤੇ ਮੰਦ ਮੰਦ ਕਟਾਏ ਗੁਰਦੀਆਂ ਤੁਹਾਨੀਆਂ ਚੜਵੜੀਆਂ ਤੇ ਚੜੇ ਤਾਨ ਹਾਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਵਿਸ਼ਵਾਸਾ ਸੰਗ ਨਿਭਾਈ ਤੇਰੇ ਭਾਣੇ ਮਿੱਠਾ ਮਿੱਠਾ ਰੁਕਾ ਸਰਬ ਸੁੱਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਏ ਖਾਲਸਾ ਜੀ ਕੇ ਗੁਰ ਕਾਦੇ ਗੁਰ ਨਾਨਕ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਦਾ ਹੀ ਧਰਮ ਕਾ ਜੈਕਾਰ ਆਪ ਜੀ ਕੇ ਸਿੱਖਾਂ ਸੇਵਕਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜੀ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਦਾਸ ਸਤਿਗੁਰੂ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਸੇਵਾ ਔਰ ਸੰਭਾਲ ਦਾ ਦਾਨ ਆਪ ਜੀ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨੇ ਓਟਿਓ ਕੀ ਓਟ ਨੇ ਆਸਰਿਓ ਕੇ ਆਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਫਰਮਾਨ ਮਿਹਰਬਾਨ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮਹਾਰਾਜ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ ਦੇ ਮਹਾਵਾਕਾ ਅਨੁਸਾਰ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਵਰਸਾਏ ਹੋਏ ਪ੍ਰੀਤਵਾਨ ਚਰਨ ਸੇਵਕ ਸਰਦਾਰ ਲੱਖਾ ਸਿੰਘ ਮਹਾਰਾਜ ਤਿਨਾਂ ਦੀ ਧਰਮ ਸੁਪਤਨੀ ਬੀਬੀ ਪਲਵਿੰਦਰ ਕੌਰ ਪਾਤਸ਼ਾਹ ਜਿਤਨੀ ਕੁ ਸਵਾਸਾ ਰੂਪੀ ਪੂੰਜੀ ਆਪ ਜੀ ਨੇ ਸੌਂਪੀ ਸੀ ਦੁੱਖ ਸੁੱਖ ਭੋਗਦੇ ਹੋਏ ਮਾਤ ਰੋਗ ਦੀ ਯਾਤਰਾ ਕਰਦੇ ਹੋਏ ਕੁਝ ਦਿਨ ਪਹਿਲੇ ਆਪ ਜੀ ਦੇ ਸੁੱਖ ਚਰਨਾਂ ਵਿੱਚ ਨਿਵਾਸ ਕਰਕੇ ਮਹਾਰਾਜ ਪਿੱਛੋਂ ਪਰਿਵਾਰ ਨੇ ਇਕੱਤਰਤਾ ਸਹਿਤ ਹੋ ਕਰਕੇ ਆਪ ਜੀ ਕੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕਰਕੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ ਸਨ ਮਹਾਰਾਜ ਅੱਜ ਆਪ ਜੀ ਦੀ ਕਿਰਪਾ ਦੇ ਨਾਲ ਬਾਣੀ ਆਦਿ ਤੋਂ ਮੱਧ ਮੱਧ ਤੋਂ ਅੰਤ ਤੱਕ ਸੰਪੂਰਨ ਭੋਗ ਪਏ ਗਰੀਬ ਨਵਾਜ ਜੀ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਪਾਤਸ਼ਾਹ ਸਮੁੱਚੀ ਸੇਵਾ ਨਿਭਾਉਂਦਿਆਂ ਪਾਤਸ਼ਾਹ ਆਪ ਜੀ ਦੇ ਨਿਮਾਣੇ ਨਿਤਾਣੇ ਪਾਠੀਆ ਸਿੰਘਾਂ ਪਾਸੋਂ ਸੇਵਾਦਾਰਾਂ ਪਾਸੋਂ ਪਾਤਸ਼ਾਹ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਅਗਾਂਹ ਤੋਂ ਸਮਤ ਬਖਸ਼ਣੀ ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਪਾਤਸ਼ਾਹ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਣਾ ਮਹਾਰਾਜ 84 ਲੱਖ ਜੂਨ ਤੋਂ ਬਚਾਉਣਾ ਟੇਡੀਆਂ ਮੇਡੀਆਂ ਜੂਨਾਂ ਤੋਂ ਬਚਾ ਕਰਕੇ ਆਪ ਜੀ ਆਪਣੇ ਸੁੱਖ ਚਰਨਾਂ ਤੇ ਨਿਵਾਸ ਬਖਸ਼ਣਾ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ
ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਪਰਿਵਾਰ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਚੜ੍ਹਦੀ ਕਲਾ ਦਾ ਲਿਆਉਣਾ, ਮਹਾਰਾਜ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਦੇ ਦਿੱਤੇ ਹੋਏ ਖਜ਼ਾਨਿਆਂ ਦੇ ਵਿੱਚੋਂ ਆਪ ਜੀ ਨੂੰ ਸੁੰਦਰ ਜਿਹਾ ਪੋਸ਼ਾਕਾਂ ਅਰਪਣ ਕੀਤਾ, ਮਹਾਰਾਜ ਆਪ ਜੀ ਅੰਗੀਕਾਰ ਕਰ ਰਹੇ ਹੋ, ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਗਰੀਬ ਨਿਵਾਸ ਜੀ ਆਪਣੇ ਬੱਚਿਆਂ ਦੇ ਆਪਣੇ ਸੇਵਕਾਂ ਦੇ ਲੋਕ ਸੁਖੀਏ ਪਰ ਲੋਕ ਸੋਹੇ ਦੇ ਕਰਨੇ, ਮਹਾਰਾਜ ਹੋਰ ਬੇਅੰਤ ਵਸਤੂਆਂ ਹਾਜ਼ਰ ਕੀਤੀਆਂ, ਮਹਾਰਾਜ ਪਾਠੀ ਸਿੰਘਾਂ ਦੇ ਵਾਸਤੇ ਦਸਤਾਰਾਂ ਵਰਦੀਆਂ ਸਮੇਤ ਮਹਾਰਾਜ ਜੀ ਹੋਰ ਕਈ ਵਸਤੂਆਂ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਕੀਤੀਆਂ, ਮਹਾਰਾਜ ਜੀ ਕਿਰਪਾ ਕਰਿਆ ਜੇ ਜਿਹਨਾਂ ਖਜ਼ਾਨਿਆਂ ਦੇ ਵਿੱਚੋਂ ਇਹ ਵਸਤੂਆਂ ਹਾਜ਼ਰ ਹੋਈਆਂ ਮਹਾਰਾਜ ਜੀ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਜੀਆਂ ਤੇ ਮਿਹਰ ਰੱਖਣੀ, ਬੀਜਿਆ ਹਰਿਆ ਕਰਨਾ ਸਤਿਗੁਰੂ, ਸਰਬੱਤ ਦਾ ਭਲਾ ਕਰਨਾ ਮਹਾਰਾਜ, ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ, ਸੱਚੇ ਮਾਰਗ ਨਾਲ ਆਪਣਾ ਨਾਮ ਦਿਵਾਉਣਾ, ਧਿਆਨ ਸਮਿਆਂ ਤੋਂ ਬਚਾਉਣਾ, ਸਮਾਂ ਖੁਸ਼ੀਆਂ ਭਰਿਆ ਲਿਆਉਣਾ, ਮਹਾਰਾਜ ਜੀ ਆਪ ਜੀ ਦੇ ਹੀ ਦਿੱਤੇ ਹੋਏ ਖਜ਼ਾਨਿਆਂ ਦੇ ਵਿੱਚੋਂ ਗੁਰਮਤਿ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਨਤ ਵਾਸਤੇ ਮਹਾਰਾਜ ਜੀ 21,000 ਰੁਪਇਆ ਹਾਜ਼ਰ ਕਰਦੇ ਹਨ, 21,000 ਰੁਪਇਆ ਦਮੜਾ ਹਾਜ਼ਰ ਕਰਦੇ ਹਨ, ਗਰੀਬ ਨਵਾਜ ਜਿਹਨਾਂ ਖਜ਼ਾਨਿਆਂ ਦੇ ਵਿੱਚੋਂ ਇਹ ਮਾਇਆ ਨਿਕਲੀ ਸੋ ਖਜ਼ਾਨੇ ਭਰਪੂਰ ਕਰਦੇ ਨੇ, ਮਹਾਰਾਜ ਕਾਲ ਕੰਟਕ ਪੂਰ ਕਰਨੇ, ਜੀਆਂ ਤੇ ਮਿਹਰ ਰੱਖਣਾ, ਬੀਜਿਆ ਹਰਿਆ ਕਰਨਾ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਏਕ ਤੋਂ ਅਨੇਕ ਹਰ ਮੈਦਾਨ ਹਰ ਦੀਵਾਨ ਫਤਿਹ ਰੱਖਣੇ, ਨੇਕ ਕਮਾਈ ਕਰਨ ਦੇ ਬਲ ਬਖਸ਼ਣੇ, ਦੇਸ਼ ਪ੍ਰਦੇਸ਼ ਮਹਾਰਾਜਾ ਮਹਾਰਾਜ ਜੀ ਦੁੱਖਾਂ ਦਰਿਦਰਾਂ ਕਲੇਸ਼ਾਂ ਕਸ਼ਟਾਂ ਨਾਸ ਕਰਨੇ, ਦੇਹ ਅਰੋਗਤਾ ਤੰਦਰੁਸਤੀ ਦੇ ਦਾਤ ਬਖਸ਼ਣੀ, ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਮਹਾਰਾਜ, ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਕਰਦੇ ਬਲ ਬਖਸ਼ਣੇ, ਸਤਿਗੁਰੂ ਮਿਹਰ ਕਰੋ ਆਪ ਜੀ ਦੇ ਹੁਕਮ ਅਨੁਸਾਰ ਪਾਤਸ਼ਾਹ ਪੰਚਾਂ ਅੰਮ੍ਰਿਤ ਤਿਹਾਰੂ ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਕੇ ਹਜ਼ੂਰੀ ਸਜੀ ਹੈ ਮਹਾਰਾਜ, ਆਪ ਜੀ ਪ੍ਰਸੰਨ ਚਿੱਤ ਹੋ ਕਰਕੇ ਕਰੀ ਪਾਕ ਸਾਲ ਸੋਚ ਪਵਿੱਤਰ ਰਾਵੋ ਭੋਗ ਹਰ ਰਾਏ, ਆਪ ਜੀ ਕਾ ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤੇ, ਜੋ ਜੀ ਛਕੇ ਸਵਾਸ ਸਵਾਸ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਰਾਜ ਜਾਪ ਜਪੇ ਪਾਤਸ਼ਾਹ, ਤਿੰਨ ਰੋਜ਼ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਪਾਤਸ਼ਾਹ, ਕਿਰਪਾ ਕਰਿਆ ਜੇ ਆਪਣੇ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲਿਆ ਨੀ, ਕਦਮ ਕਦਮ ਲੇਖੇ ਚਲਾਉਣੇ, ਸਵਾਸ ਸਵਾਸ ਸਭਲੇ ਕਰਨੇ, ਤਿਲ ਫੁੱਲ ਪੇਟਾਵਾ ਪ੍ਰਵਾਨ ਕਰਨੀਆਂ, ਨਗਰ ਫੇੜੇ ਸੁੱਖ ਵਰਤਾਉਣੀ, ਏਕਤਾ ਦਾ ਦਾਨ ਆਪਸੀ ਭਾਈਚਾਰਾ ਬਣਾਈ ਰੱਖਣਾ, ਦੁੱਖਾਂ ਦਰਿਦਰਾਂ ਦਾ ਨਾਸ਼ ਕਰਨਾ ਮਹਾਰਾਜ ਜੀ, ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਰੱਖਣੀ, ਆਪ ਜੀ ਸਮਰੱਥ ਹੋ ਪਾਤਸ਼ਾਹ ਦਇਆ ਕਰਿਆ ਜੇ ਆਪਣੇ ਬੱਚਿਆਂ ਦੇ ਆਪਣੇ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਮਹਾਰਾਜ, ਸਰਦਾਰ ਲੱਖਾ ਸਿੰਘ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀ ਦੀ ਦਾਤ ਰੱਖਣੀ, ਚੜ੍ਹਦੀ ਕਲਾ ਦਾ ਜੀਵਨ ਬਖਸ਼ਣਾ ਮਹਾਰਾਜ ਜੀ, ਦਇਆ ਕਰੋ ਆਪ ਜੀ ਪਾਵਨ ਪਵਿੱਤਰ ਹੁਕਮ ਬਖਸ਼ੋ ਮਹਾਰਾਜ, ਹੁਕਮ ਤੇ ਚੱਲਣ ਦੀ ਸਮਰੱਥਾ ਬਲ ਬੁੱਧ ਸਮਰੱਥ ਬਖਸ਼ਣੀ, ਗਰੀਬ ਨਵਾਜ ਜੀ ਕਿਰਪਾ ਕਰਕੇ ਬਖਸ਼ਿਸ਼ਾ ਆਪ ਜੀ ਆਪਣੇ ਹੀ ਅਖੁੱਟ ਭੰਡਾਰਿਆਂ ਚੋਂ ਗੁਰਮਤਿ ਮਰਿਆਦਾ ਅਨੁਸਾਰ ਕਰਨੀਆਂ, ਸਤਿਗੁਰੂ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਹੇ ਮੰਦ ਹੋਵਣ, ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਪਹੀਆ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਗਮ ਕੋ ਮਿਲ ਗੋ ਪ੍ਰਭਾ ਉਹ ਨਿਸ਼ਬਦ ਮੈਂ ਨੇਹ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਮੈਂ ਕੀ ਮਹਾਨ
ਸੇਵੀਆਂ ਹੰਸ ਸਾਜ ਸੁਪਾਏ ਦਰਸ਼ਨ ਪਰਸਿਆ ਗੁਰੂ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸਭ ਕੋਈ ਪੂਰੇ ਭਾਗ ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾ ਮੋਹਨੀ ਪੁਤਾ ਲਾਈ ਪ੍ਰੇਮ ਵਿਛੋਹਾ ਕਸਾਈ ਹਿਰਦੈ ਜੰਤ ਤਿਸ ਦਇਆ ਨਾ ਪਾਈ ਅਣਕ ਜਨਮ ਬੀਤੀਆਂ ਪਰਮਾਈ ਘਰ ਵਾਸ ਨਾਮ ਦੇਵੈ ਉਤਰ ਦੋਸ ਨਾਮ ਬੀਜੈ ਕਿਰਤ ਪਵਾਈ ਸੁਨ ਸਾਜਣ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਸਾਜਣ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਆਪਣਾ ਮਾਨਕ ਜਨਮ ਸਫਲ ਕਰਨਾ ਔਰ ਮਾਤਾ ਜੀ ਨੂੰ
श्रद्धांजलि देनी, क्योंकि गुरबाणी ही एक सच्ची सुखी श्रद्धांजलि है, बेनती है, बेनती प्रदान करेंगी। वाहिगुरु जी का खालसा, वाहिगुरु जी की फतेह। Thank you.
चाली कैसे
ਅੱਛੇ ਪਈਏ ਦੋਨੋ ਸੰਨੀ ਰਿੰਕੂ ਕਦੀ ਰੋ ਕਿੱਥੇ ਦੋਨੇ ਅੱਛੇ ਪਈਆਂ ਜਾਓ ਫਿਰ ਦੋ ਭਰਾ ਦੇ ਸਾਧ ਸਾਧ ਕਰਨ ਨੂੰ ਜੇ
Thank you.
Yeah.
Yeah.
Thank you.
ਧੰਨ ਸਾਹਿਬ ਸ੍ਰੀ ਗੁਰਦੁਆਰਾ ਸਾਹਿਬ ਮਹਾਰਾਜ ਬਖਸ਼ਣ ਨੂੰ ਬਖਸ਼ ਲੈਣਾ ਜੀ ਇਹਨਾਂ ਸਾਨੂੰ ਕਿਰਪਾ ਕਰਨ ਬਹੁਤ ਸੋਚਣ ਜੀ ਨੂੰ ਆਪਣੇ ਚਰਨਾਂ ਦਾ ਵਾਸ ਵਾਸ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਪਰਿਵਾਰ ਸਾਹ ਸਲਾਮ ਮਹਾਰਾਜ ਦਾ ਬਖਸ਼ਣ ਸਭਨ ਆਪ ਜੀ ਦੇ ਸਾਨੂੰ ਸ਼ਬਦ ਵਿਚਾਰ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਸ਼ਬਦ ਵਿਚਾਰ ਕਰਨਗੇ ਆਪ ਸਦਾ ਸੁਣਨ ਸਤਨਾ ਕਰਦਾ ਕਰਦਾ ਜੀ ਵਾਹ ਵਾਹ ਦਾ ਖਾਲਸਾ ਸਤਿਗੁਰਾਂ ਨੇ ਬਣਾਏ ਹਨ ਮਹਾਰਾਜ ਦੀ ਕਿਰਪਾ ਅਨੁਸਾਰ
इस पृथ्वी के नौ खंड हैं या नौ खंडा की आबादी जो साइंस अनुसार गिनी गई है वो 8 अरब खंड है, वो 8 अरब खंड बनी हुई है। किसी भी इंसान का कोई रूप नहीं मिलता, कोई रंग नहीं मिलता, कोई विचार नहीं आता, कोई सहायता नहीं मिलती, किसी प्रकार का कुछ नहीं मिलता। एक रूप फिर प्रश्न कोई ना किस नहीं मिलता, कोई भी किसी वर्गा है ना, स्वभाव तत्व है ना, रंग तत्व है ना, शक्ल तत्व है किसी तत्व है, पर गुरु की कृपा के नाम पर लोग जो इस शरीर रूपी भांडे के विचों इस शरीर रूपी दीवे के विचों तेल कदम हो जाए तो यह दीवा फिर बुझ जाता है, इस संसार का दीवा फिर बुझ जाता है, मन तक शरीर तक मिट्टी हो जाती है। फिर किसी का बस नहीं करता कि इस शरीर रूपी भांडे करके खड़ा करता है, केवल से केवल सतगुरु साहब श्री गुरु ग्रंथ साहब महाराज जी के हाथ में है, केवल से केवल गुरु के हाथ में है। एक छोटी जी वार्ता कह करके आपके श्री गुरु की मदद जाते होना है कि महाभारत का युद्ध लगा है, महाभारत का युद्ध लगा है, कि ये वेखो गुरु की कृपा के नाम जो चक्र रचा गया ना कि अर्जुन कसा करके अर्जुन को मौत के घाट उतारना, तो एक चक्र को रचा गया, अर्जुन बड़ा वधिया धनुष का दिता बहुत बड़ा, द्रोणाचार्य का सब तो अवल बच्चा से सब तो अवल स्मरण, गुरु की कृपा के नाम वो जंग करता करता युद्ध करता करता कहीं दूर नहीं, बच्चे रुकया गया अभिमानी रुकया गया कि तू भाई इस कला निपुण है, तो कहता मैं कला में कला निपुण हाँ, मैं जान दे सकता, मैं कोड़ दे सकता, उस चक्कर मिल नहीं, पर मैं बाहर निकलने का रास्ता नहीं पता, मैं अंदर से लड़ सकता पर मेरे को बाहर नहीं आते हैं। वो कहते पर यह चक्कर को तोड़ना बहुत जरूरी है, ये बहुत वही कंध बन सकती है साढ़े वास्ते, जितना चिर यह चक्कर नहीं टूटेगा उतना चिर असं कुछ नहीं कर सकते, जितना चिर आप कदम जो पहुंच के उतना चिर तकरीबन अभी तो ज्यादा सहना कर सकती होगी। कहते फिर फिर भी तुम जाना पड़ा हुक्म मनिया ते अपने शस्त्र बस्त्र सजा करके ते उस चक्कर गुरु तोड़ने चला गया, ते काफी हद तक कामयाब भी होया, कोई चक्कर भी तोड़ देता, सारा कुछ हो गया, पर आप मौत दे घाट उतर गए, आपने जीवन बचिया, आप मौत दे घाट उतर गए। ते जो अर्जुन इस गल का पता लग गया ना, अर्जुन बड़ा दुखी होया, बड़ा दुखी होया कि मेरा पुत्र सी, बड़ा लायक पुत्र सी, मैं छड़ के चला गया, इन्हें चक्कर में तो छोड़ दिता, पर आप भी नाल ही मौत के घाट से चढ़ गया, आप भी नाल ही सीढ़ी पा गई। तो हम की हो सकता है, अर्जुन के मन के उत्ते अपने पुत्र का इतना वैराग होया, उन्हें सारे तीर कमान छोड़ दिते, जंग युद्ध करने वास्ते मना कर दिता, ते जो सारा कुछ मना कर दिता ना, ते श्री कृष्ण भगवान ने बड़ा समझाया अर्जुन कि ये जीवन की सच्चाई है, ये तो आप मंत्र नहीं हो सकता, जो आया जो चल सी सब को वाणी का वाणी, जो इस संसार में आया है ना, उन्हें आप अपने स्वास्थ्य कर्म करके उन्हें इस दुनिया से पूछ कर देना, आज नहीं ते कल, कल नहीं ते कल, तो मौत अटल सच्चाई है। वाहेगुरु है।
मैं भैन ने बेनती करा बीबिया ने बेनती करा सिर्फ 10-15 मिनट वास्ते आपकी शांति बना करके रखो आप जी का धन्यवाद होगा कि एक सच्चाई है अटल सच्चाई है इसको अस मुनकर भी हो सकते पर कहते मेरा हम जमीर मेरा साहब नहीं जरा मेरे से हिम्मत ने नहीं मैं एक धनुष्बाण भी चाहना बड़ा भारी लग रहा है इस वे मैं बड़ा भारी लग रहा है श्री कृष्ण भगवान का समझाने का तरीका वेखो फिर कैसा अपनाया महाराज कैसा अपनाया कहते भलिया हर हर एक सुरा ही जा जा करके कोल एक नदी वगती है उस नदी के एक सुरा ही भाके रहते हैं कहता जी हाथ मन भी तू मेरा इतना ध्याखा मानना भी यह सुराही लै सुराही पकड़ तो सुराही का भाके लै करके आ गया इतनी गल मनी सुराही लै करके चला गया कुछ दूर गया तो एक नदी वग रही थी उस नदी के सुराही भर के लै करके आया जो सुराही भर के लै करके आया ना तो श्री कृष्ण भगवान को कहना आ गुरु जी पानी मंगाया सी जल मंगाया सी इस सुराही के विच अब मैं भर लिया अच्छा कहते हैं जब इन रोड़िया जाए उस नदी में छुट के आई हो कहते जी साहब बड़ा हैरान होया कहते मेरे को पानी मंगा लिया सुराही के विच फिर मैं लिखन वास्ते कह दिता भगवान का आका मनिया श्री कृष्ण का आका मनिया जाकर के वो फिर उस नदी में रोड़ आ गया जितो कहते भर के लैसन उत्ती रोड़ है कहते सब उत्ती रोड़ आ जाए सुराही खाली कर दिया हम सुराही से खाली कर रहा जो आया ना फिर आकर के उदन कृष्ण भगवान ने नमस्कार की कहते भरिया तू सुराही रोड़ आया पानी रोड़ आया कहता हाँ जी रोड़ आया कहते जा तेरे कर्म कर जेड़ा पानी उस नदी में जब तू रोड़ करके आया ना उस नदी के उही पानी कढ़ के लैके आ बड़ा हैरान होया ਕਹਿੰਦਾ ਜੀ ਕਿਵੇਂ ਹੋ ਸਕਦਾ ਵੀ ਇਹ ਕਿਵੇਂ ਹੋ ਸਕਦਾ ਉਸ ਪਾਣੀ ਦੇ ਵਿੱਚ ਉਸ ਨਦੀ ਦੇ ਵਿੱਚ ਬੇਸ਼ੁਮਾਰ ਪਾਣੀ ਵਗ ਰਿਹਾ ਤੇ ਉਸ ਪਾਣੀ ਦੀ ਮੈਂ ਪਹਿਚਾਣ ਕਿੱਦਾਂ ਕਰਾਂਗਾ ਮੈਂ ਕਿਵੇਂ ਉਹਦੇ ਵਿੱਚ ਉਹੀ ਪਾਣੀ ਕੱਢ ਕੇ ਲਿਆ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ ਜੇ ਤੂੰ ਨਹੀਂ ਲਿਆ ਸਕਦਾ ਨਾ ਤੇ ਫਿਰ ਬਾਅਦ ਇੱਕ ਅੱਟਾ ਦੇ ਸੱਚਾਈ ਹੈ ਸੂਰਜ ਕਿਰਨ ਮਿਲੇ ਜਨ ਕਾਹ ਜਨ ਹੋਆ ਰਾਮ ਜਦੋਂ ਇਸ ਸਰੀਰ ਰੂਪੀ ਭਾਂਡੇ ਦੇ ਵਿੱਚੋਂ ਆਤਮਾ ਚਲੀ ਜਾਂਦੀ ਹੈ ਨਾ ਤੇ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣਾ ਪੈਂਦਾ ਹਰ ਪ੍ਰਕਾਰ ਦੇ ਨਾਲ ਮੰਨਣਾ ਪੈਂਦਾ ਕੁਛ ਵੀ ਕਰਦੀ ਹੈ ਕਿਉਂਕਿ ਇਨਸਾਨ ਦੀ ਇੱਥੇ ਆ ਕਰਕੇ ਬਸ ਹੋ ਜਾਂਦੀ ਇਨਸਾਨ ਜੇ ਕੋਈ ਘਰ ਦਾ ਪ੍ਰਾਣੀ ਬਿਮਾਰ ਹੋਵੇ ਕਿਸੇ ਪ੍ਰਕਾਰ ਦਾ ਹੋਵੇ ਉਹਦੇ ਉੱਤੇ ਬਿਆਨ ਮਾਇਆ ਖਰਚ ਕਰਕੇ ਉਹਨਾਂ ਨੂੰ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਉਹਦੇ ਤੇ ਮਾਇਆ ਖਰਚ ਕਰ ਸਕਦਾ ਹੈ ਪਰ ਉਹਨੂੰ ਜੀਵਨ ਨਹੀਂ ਦੇ ਸਕਦਾ ਜੀਵਨ ਤੇ ਮੌਤ ਕੇਵਲ ਤੇ ਕੇਵਲ ਧੰਨ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਦੇ ਪਾਸ ਦੇ ਹੱਥ ਰੱਖਣਾ ਜੋ ਕਿਸੇ ਪਾਇਆ ਏਕਾ ਵਾਰ ਜਦੋਂ ਇਸ ਸਰੀਰ ਰੂਪੀ ਭਾਂਡੇ ਦੀ ਬਣਤਰ ਬਣਦੀ ਹੈ ਤੇ ਜੀਵਨ ਤੋਂ ਪਹਿਲਾਂ ਇਹਦਾ ਸਾਰਾ ਮੌਤ ਵੀ ਕਦੀ ਸਾਰੀ ਮੌਤ ਲਿਖੀ ਜਾਂਦੀ ਹੈ ਘੱਟਿਆਂ ਲਿਖੀ ਜਾਂਦੀ ਹੈ ਕਿ ਇਸ ਪ੍ਰਾਣੀ ਨੇ ਇਸ ਸੰਸਾਰ ਇਸ ਦੁਨੀਆਂ ਤੋਂ ਕਿਸ ਕਰਨਾ ਇਸ ਮਾਤ ਨੂੰ ਆਪਾਂ ਕਿਵੇਂ ਛੱਡਣਾ ਹੈ ਉਹਦੇ ਕੀ ਵਜ੍ਹਾ ਹੋਵੇਗੀ ਉਹਦਾ ਕੀ ਕਾਰਨ ਬਣੇਗਾ ਕਿਸ ਪ੍ਰਕਾਰ ਮਰੇਗਾ ਜੋ ਕਿਸ ਆਇਆ ਮਰੇਗਾ ਵਾਹ ਮਰਨ ਦੇ ਹਾਰੇ ਮੰਦਰ ਨੇ ਆਏ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਇਸ ਸਰੀਰ ਨੂੰ ਜੀ ਭਾਂਡੇ ਦੀ ਬਣਤਰ ਬਣਦੀ ਹੈ ਨਾ ਇਹਦਾ ਪਹਿਲੇ ਵਾਇਰ ਦਾ ਲਿਖਿਆ ਕਿ ਭਲੋ ਇਹ ਜਿਹੜਾ ਸਰੀਰ ਰੂਪੀ ਭਾਂਡਾ ਹੈ ਇਹਨੇ ਇਸ ਪ੍ਰਕਾਰ ਵਿਕਸਣਾ ਹੈ ਇਹਨੇ ਇਸ ਪ੍ਰਕਾਰ ਭਰਨਾ ਹੈ ਤੇ ਪਿੱਛੇ ਜੋ ਪਰਿਵਾਰ ਹੈ ਮਾਂ ਬਾਪ ਧੀਆਂ ਭੈਣਾਂ ਪਤੀ ਪ੍ਰਤੀਤ ਜੋ ਕੁਛ ਵੀ ਹੈ ਸਾਰਿਆਂ ਨੂੰ ਉਹ ਭਾਣਾ ਮੰਨਣਾ ਪੈਂਦਾ ਹੈ ਹਰ ਹਾਲਤ ਵਿੱਚ ਮੰਨਣਾ ਪੈਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜਿਸ ਪ੍ਰਕਾਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਸਰੀਰ ਰੂਪੀ ਭਾਂਡੇ ਦੀ ਬਣਤਰ ਬਣਦੀ ਹੈ ਨਾ ਸ਼ਾਸਤਰ ਕਹਿੰਦੇ ਨੇ ਵੇਦ ਕਹਿੰਦੇ ਨੇ
कि वाहिगुरु की कृपा दे नाल जदों पुराना समा चलदा सी ना ते पुराने समय दे विच जिहड़ा हुंदा सी जदों मां गर्भ धारण करदी सी ते एक सौ वीह दिनां बाद इहदे विच प्राण पैंदे ने एक सौ वीह दिन पूरे एक सौ वीह दिन पहले शरीर पिंड तैयार हुंदा उस तों बाद इह प्राण पैंदे ने एक सौ वीह दिनां तों बाद इहदे विच सब पैंदे ने परमेश्वर आपणे लोक केवल केवल गुरु की मर्जी है गुरु की कृपा है सतगुर मेरा मां तुरा ਇਹ ਗੁਰੂ ਦੀ ਕਿਰਪਾ ਹੈ ਤੇ ਉਹ ਮੋਇਆ ਹੋਇਆ ਜੀਵਨ ਦੇ ਦਿੰਦਾ ਇਹ ਬਖਸ਼ਿਸ਼ ਦੀ ਤਾਕਤ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਸੁਪਤੀ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਫਰੀਦ ਸਾਹਿਬ ਇਤਨੀ ਕਰਨੀ ਕਰਨੀ ਘਾਲ ਕੀਤੀ ਹੈ ਇਤਨੀ ਤਪੱਸਿਆ ਕੀਤੀ ਹੈ ਜਿਹਦਾ ਕੋਈ ਅੰਤ ਹੀ ਨਾ ਜਿਹਦਾ ਕੋਈ ਅੰਤ ਨਹੀਂ ਤੇ ਇਸ ਸਰੀਰ ਨੂੰ ਕੀ ਭਾਂਡੇ ਦਾ ਜੀਵਨ ਕੀ ਹੈ ਸਰੀਰ ਉਹੀ ਜਿਹੜਾ ਭਾਂਡਾ ਹੈ ਨਾ ਇਹਦੀ ਯਾਤਰਾ ਹੈ ਯਾਤਰਾ ਖਤਮ ਹੁੰਦੀ ਹੈ ਕਿਤੇ ਤੱਕ ਖਤਮ ਹੁੰਦੀ ਹੈ ਕਿਤੋਂ ਸ਼ੁਰੂ ਹੁੰਦਾ ਮਾਂ ਦੇ ਗਰਭ ਤੋਂ ਸ਼ੁਰੂ ਹੋ ਕਰਕੇ ਸ਼ਮਸ਼ਾਨ ਭੂਮੀ ਤੱਕ ਇਹ ਸਰੀਰ ਵਿਲਕ ਜਾਂਦਾ ਹੈ ਤੇ ਜਦੋਂ ਪਰਮੇਸ਼ਵਰ ਦੇ ਨਾਲ ਮੇਲ ਨਹੀਂ ਨਾ ਹੁੰਦਾ ਤੇ ਫਿਰ ਆਤਮਾ ਜਿਹੜੀ ਹੈ ਉਹ ਭਟਕਣਾ ਪੈਂਦਾ ਹੈ ਗੁਰੂ ਵਾਲਾ ਹੋਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੇ ਪਾਸੇ ਦੀ ਕਿਰਪਾ ਦੇ ਨਾਲ ਦੇ ਵਚਨ ਮਹਾਰਾਜ ਦੀ ਕਿਰਪਾ ਕੀਤੀ ਤੇ ਭਰਿਓ ਤੀਰੋ ਪਹੁਰ ਠੰਡੇ ਧਾਰ ਹੋਏ ਜਨਮ ਸਹੀ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਬੰਦਾ ਜਿਹੜਾ ਸਿੱਖ ਸਿੱਖ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਦਾ ਹੈ ਅੰਮ੍ਰਿਤਧਾਰੀ ਹੋ ਕਰ ਕੇ ਇਹਦੇ ਜੀਵਨ ਨੂੰ ਜੀਤਾ ਹੈ ਮਹਾਰਾਜ ਕਹਿੰਦਾ ਮੈਨੂੰ ਦਸ ਹਜ਼ਾਰ ਸਾਲ ਨਰਕਾਂ ਦੇ ਨਹੀਂ ਪੈਂਦੇ ਅਠਾਈ ਜੋੜੇ ਉੱਚਾ ਹੈ ਸਵਰਗ ਤੇ ਨਰਕ ਅਠਾਈ ਜੋ ਅਠਾਈ ਹਜ਼ਾਰ ਕਰੋੜ ਜੋੜੇ ਉੱਚਾ ਹੈ ਤੇ ਉੱਥੇ ਪਹੁੰਚਣ ਤੱਕ ਤਿੰਨ ਸੌ ਸੱਤ ਦਿਨ ਲੱਗਦੇ ਹਨ ਇਹ ਸ਼ਾਸਤਰ ਕਹਿੰਦਾ ਕਿ ਤਿੰਨ ਸੌ ਸੱਤ ਦਿਨ ਲੱਗਦੇ ਨੇ ਉੱਥੇ ਪਹੁੰਚਣ ਵਾਸਤੇ ਤੇ ਇੱਕ ਵਾਰੀ ਇੱਕ ਸੰਤ ਹੋਇਆ ਨਿਤਿਆਨੰਦ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰੂ ਦੇ ਸੇਵਾ ਪਾਸੇ ਵੀ ਕੋਲ ਹੈ ਮਹਾਰਾਜ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਕਹਿੰਦਾ ਕਿ ਕੁਝ ਸਿੰਘ ਰਸਤੇ ਵਿੱਚ ਮਿਲੇ ਤੇ ਕੋਈ ਬਰਤਨ ਮਾਰ ਰਿਹਾ ਕੋਈ ਝਾੜੂ ਦੇ ਰਿਹਾ ਤੇ ਕੋਈ ਕਹਿੰਦਾ ਹੈ ਕਿ ਮੈਂ ਉਸ ਯੋਜਨ ਤੱਕ ਉਸ ਨਰਕ ਸਵਰਗ ਤੱਕ ਮੈਂ ਛੱਤੀ ਘੰਟਾ ਚ ਪਹੁੰਚ ਜਾਊਂਗਾ ਕੋਈ ਕਹਿੰਦਾ ਮੈਂ ਅਠਾਰਾਂ ਘੰਟਾ ਚ ਪਹੁੰਚ ਜਾਊਂਗਾ ਕੋਈ ਕਹਿੰਦਾ ਮੈਂ ਚਾਰ ਘੰਟਾ ਚ ਪਹੁੰਚ ਜਾਵਾਂ ਤੇ ਕੋਈ ਕਹਿੰਦਾ ਮੈਂ ਅੱਖ ਬੰਦ ਕਰਾਂਗਾ ਤਾਂ ਉੱਥੇ ਪਹੁੰਚ ਜਾਵਾਂ ਜੇ ਕਿਤਾ ਹੋ ਸਕਦਾ ਤੇ ਹੋਈ ਨਹੀਂ ਸਕਦਾ ਤੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਗੁਰ ਦੇ ਪਾਸੇ ਦੇ ਕੋਲ ਨਿਤਿਆਨੰਦ ਚਲਾ ਗਿਆ ਤੇ ਜਾ ਕਰਕੇ ਕਹਿੰਦਾ ਮਹਾਰਾਜ ਜੀ ਵੇਖੋ ਤੁਹਾਡੇ ਸਿੰਘ ਕਿੰਨੇ ਕੁੱਟ ਹੋ ਗਏ ਕੀ ਹੋਇਆ ਮਹਾਰਾਜ ਕਹਿੰਦੇ ਭਲਿਆ ਕੀ ਹੋਇਆ ਵੀ ਝੂਠ ਕਾਹਦਾ ਬੋਲਦਾ ਵੀ ਕਹਿੰਦੇ ਤਿੰਨ ਸੌ ਸੱਤ ਦਿਨਾਂ ਤੋਂ ਉਹਨਾਂ ਲੱਗਦਾ ਹੈ ਟਾਈਮ ਉੱਥੇ ਪਹੁੰਚਣ ਵਾਸਤੇ ਜੀਵ ਆਤਮਾ ਨਾਲ ਇਹ ਕਹਿੰਦੇ ਨੇ ਕੋਈ ਕਹਿੰਦਾ ਮੈਂ ਛੱਤੀ ਘੰਟੇ ਜੇ ਕੋਈ ਕਹਿੰਦਾ ਮੈਂ ਬਾਰਾਂ ਘੰਟੇ ਜੇ ਕੋਈ ਕਹਿੰਦਾ ਕੁਛ ਤੇ ਕੋਈ ਕਹਿੰਦਾ ਅੱਖਾਂ ਬੰਦ ਕਰਕੇ ਤੇ ਉਹ ਨਵਾਂ ਤੇ ਨਵਾਂ ਚੇਤਨ ਬਣੇ ਜਦੋਂ ਇਤਨੀ ਗੱਲ ਸੁਣੀ ਨਾ ਤੇ ਮਹਾਰਾਜ ਕਹਿੰਦੇ ਭਾਈ ਸਿਮਰਨ ਕਰਨਾ ਹੈ ਬੰਦਗੀ ਕਰਨਾ ਹੈ ਪੁਨੇਤਰਨ ਕਰਨਾ ਹੈ ਕੋਈ ਸੰਗਤ ਕੀਤੀ ਅੱਜ ਤੱਕ ਕਹਿੰਦੇ ਮਹਾਰਾਜ ਨਹੀਂ ਕਹਿੰਦੇ ਭਲਿਆ ਛੇ ਮਹੀਨੇ ਮੂਲ ਮੰਤਰ ਦਾ ਜਾਪ ਕਰ ਬਾਈ ਘੰਟੇ ਤੀਨੇ ਮੂਲ ਮੰਤਰ ਦਾ ਜਾਪ ਕਰ ਤੇ ਦੋ ਘੰਟੇ ਦੇ ਵਿੱਚ ਆਪਣੀ ਕਿਰਿਆ ਸੋਧ ਆਉਣਾ ਵੀ ਉਹਦੇ ਵਿੱਚ ਹੈ ਦੋ ਘੰਟਿਆਂ ਦੇ ਵਿੱਚ ਖਾਣਾ ਵੀ ਉਹਦੇ ਵਿੱਚ ਹੈ ਤੂੰ ਆਪਣੀ ਕਿਰਿਆ ਵੀ ਉਹਦੇ ਵਿੱਚ ਸੋਧਣੀ ਹੈ ਉਸ ਬਾਈ ਘੰਟੇ ਦਾ ਸਿਮਰਨ ਤੋਂ ਬਾਅਦ ਛੇ ਮਹੀਨੇ ਬਾਅਦ ਫਿਰ ਕਹਿੰਦੇ ਸੱਤ ਬਚਾ ਹੁਣ ਗੁਰੂ ਦੀ ਕਿਰਪਾ ਦੇ ਨਾਲ ਛੇ ਮਹੀਨੇ ਬਾਅਦ ਜਦੋਂ ਸਵਾਮੀ ਨਿਤਿਆਨੰਦ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਸੱਚੇ ਪਾਤਸ਼ਾਹ ਦੇ ਕੋਲ ਆਇਆ ਨਾ ਤੇ ਮਹਾਰਾਜ ਬੇਨਤੀ ਕਰਦਾ ਹੈ ਕਿ ਮਹਾਰਾਜ ਆਪ ਜੀ ਦੇ ਸਿੱਖ ਸੱਚ ਕਹਿੰਦੇ ਸਨ ਹੁਣ ਤੇ ਮੈਂ ਵੀ ਅੱਖਾਂ ਬੰਦ ਕਰਕੇ ਖੋਲ ਲਵਾਂ ਤੇ ਮੈਂ ਵੀ ਉੱਥੇ ਦਾ ਉੱਥੇ ਦੀ ਯਾਤਰਾ ਕਰ ਲਵਾਂ ਹੁਣ ਤੇ ਮੈਂ ਵੀ ਉੱਥੇ ਦੀ ਯਾਤਰਾ ਕਰ ਲਵਾਂ
ਇਹ ਧਾਰਕ ਮਾਨੀ ਹੈ ਜਿਨੀ ਨਾਮ ਤੇ ਆਇਆ ਗਏ ਜਗਤ ਕਾ ਨਾਨਕ ਤੇ ਮੂਲੇ ਕੀਤੀ ਜੁਟੀ ਨਾਮ ਗੁਰੂ ਦੀ ਕਿਰਪਾ ਦੇ ਨਾਮ ਕਿਉਂਕਿ ਮੂਲ ਮੰਤਰ ਸ੍ਰੀ ਜਪਜੀ ਸਾਹਿਬ ਦਾ ਜਾਪ ਬ੍ਰਹਮ ਗਿਆਨ ਦੀ ਵਿਦਿਆ ਹੈ ਜਿਤਨਾ ਵੀ ਕੋਈ ਜਾਪ ਕਰਦਾ ਹੈ ਨਾ ਉਹਦੇ ਅਗਲੇ ਪਿਛਲੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਤੇ ਉਹਨੂੰ ਬ੍ਰਹਮ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਨੇਮ ਦੇ ਨਾਲ ਗੁਰੂ ਦੀ ਕਿਰਪਾ ਦਾ ਪਾਤਰ ਅੰਮ੍ਰਿਤ ਵੇਲੇ ਦੀ ਸੇਵਾ ਸੰਭਾਲ ਕਰੇ ਫਿਰ ਇਹ ਖੇਡ ਬਣਦੀ ਹੈ ਫਿਰ ਇਹ ਕਿਰਪਾ ਹੁੰਦੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਸਨਾ ਪਰ ਬੈਠੇ ਤੇ ਅੱਧੀ ਰਾਤ ਦਾ ਟਾਈਮ ਆਪਾਂ ਕਹਿੰਦੇ ਨਾ ਅੱਧੀ ਰਾਤ ਪਰ ਮਹਾਂਪੁਰਖ ਕਹਿੰਦੇ ਨੇ ਜਦੋਂ 12 ਵੱਜ ਕੇ 1 ਮਿੰਟ ਹੋ ਗਿਆ ਨਾ ਤੇ ਭਲੇ ਇਹ ਆ ਵੀ ਸ਼ੁਰੂ ਹੋ ਜਾਂਦਾ ਤੇ ਭਾਵ ਕਹਿਣ ਦਾ ਗੁਰੂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲਾ ਸਟਾਰਟ ਹੋ ਜਾਂਦਾ ਜਦੋਂ 12 ਵੱਜ ਕੇ 1 ਮਿੰਟ ਹੋ ਗਿਆ ਨਾ ਅੰਮ੍ਰਿਤ ਵੇਲਾ ਸ਼ੁਰੂ ਫਿਰ ਕੋਈ ਮਿਡ ਨਾਈਟ ਨਹੀਂ ਕੋਈ ਅੱਧੀ ਰਾਤ ਨਹੀਂ ਤੇ ਮਹਾਂਪੁਰਖ ਬੈਠੇ ਆਪਣੇ ਬੰਦਗੀ ਦੇ ਵਿੱਚ ਧਿਆਨ ਦੇ ਵਿੱਚ ਬੈਠੇ ਤੇ ਇੱਕ ਰੂਹ ਭਟਕਦੀ ਹੋਈ ਮਹਾਂਪੁਰਖਾਂ ਦੇ ਕੋਲ ਆ ਕੇ ਫਿਰ ਵਿਦਰੋਹ ਹੀ ਕਰਦੀ ਕਹਿੰਦੇ ਮਹਾਰਾਜ ਮੈਨੂੰ ਕਈ ਸਮਾਂ ਹੋ ਗਿਆ ਆਪ ਨੇ ਤੇ ਇਰਦ ਗਿਰਦ ਚੱਕਰ ਕੱਢਦਿਆਂ ਨੂੰ ਪਰ ਤੁਹਾਡੇ ਤੱਕ ਪਹੁੰਚੇ ਦਾ ਕੋਈ ਜਵਾਬ ਨਹੀਂ ਸੀ ਬਣਦਾ ਅੱਜ ਗੁਰੂ ਨੇ ਕਿਰਪਾ ਕੀਤੀ ਅੱਜ ਕੋਈ ਰਸਤਾ ਮਿਲਿਆ ਤੇ ਮੈਂ ਆਪ ਜੀ ਨੂੰ ਨਮਸਕਾਰ ਕਰਨ ਆਪ ਜੀ ਆਇਆ ਅੱਜ ਮੈਂ ਆਪ ਜੀ ਦੇ ਕੋਲ ਆਇਆ ਮੈਂ ਅੱਕ ਚੁੱਕਾ ਮੈਂ ਥੱਕ ਚੁੱਕਾ ਇਸ ਜੂਨ ਦੇ ਵਿੱਚ ਜਿਤਨਾ ਦੇਰ ਅਸੀਂ ਜਪਜੀ ਸਾਹਿਬ ਦਾ ਜਾਪ ਕਰਨਾ ਹੈ ਤਾਂ ਤਨ ਤੇ ਮਨ ਕਰਕੇ ਇਹ ਜਾਪ ਜੁੜਨਾ ਹੈ ਇਹ ਜਾਪ ਜੁੜਨ ਉਪਰੰਤ ਤੇਰੀ ਮੁਕਤੀ ਹੋ ਜਾਵੇ ਕਹਿੰਦੇ ਸਾਰੇ ਜਗਾ ਗੁਰੂ ਦੀ ਕਿਰਪਾ ਦੇ ਨਾਲ ਸੰਤ ਬਾਬਾ ਜਵਾਲ ਸਿੰਘ ਜੀ ਸਭ ਤੋਂ ਉਹਨਾਂ ਦੇ ਮਹੱਤਵ ਵੱਡੀਆਂ ਗੁਰੂ ਦੀ ਕਿਰਪਾ ਤੇ ਜਦੋਂ ਬੈਠੇ ਨਾ ਤੇ ਸ੍ਰੀ ਜਪਜੀ ਸਾਹਿਬ ਦਾ ਜਾਪ ਆਰੰਭ ਕਰ ਦਿੱਤਾ ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਖ ਆਦਮੀ ਸਹਿ ਗੁਰ ਪ੍ਰਸਾਦ ਜਪ ਆਦ ਸਤ ਗਾਦ ਸਤ ਹੈ ਵੀ ਸਤ ਨਾਨਕ ਮੂਰਤੀ ਵੀ ਸਤ ਮਹਾਂਪੁਰਖ ਦੇ ਤਰੇਮ ਨਾ ਵੇਖਿਆ 25 ਮਿੰਟ ਦੀ ਅੱਧਾ ਘੰਟਾ ਲੱਗ ਗਿਆ ਤੇ ਜਦੋਂ ਅਕੀਨ ਆਇਆ ਨਾ ਸਲੋਕ ਪੜਿਆ ਜਿਹਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ
Thank you.
ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਪੁਰਸਕਾਰ ਜਗਤ ਬੀਬੀ ਬਦਲੇ ਵਾਹਿਗੁਰੂ ਜੀ ਸਹਾਏ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਬਲਕਮ ਕਰਵਾਤੀ ਸਿਮਰਤ ਗੁਰੂ ਨਾਨਕ ਨਹੀਂ ਧਿਆਏ ਅਤੇ ਗੁਰਮਤ ਗੁਰ ਦੇ ਅਮਰਦਾਸ ਰਾਮਦਾਸ ਹੈ ਮਸੀਹ ਸਹਾਏ ਅਰਜਨ ਹਰ ਹੋ ਬੰਦਨਾ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਕਿਸੇ ਪਿੰਡੈ ਸਭ ਪੁਜਾਏ ਏ ਬਹਾਦਰ ਸਿਮਰਿਆ ਕਰ ਨਾਮ ਧਿਆਵੈ ਧਾਰੇ ਸਭ ਤਾਈ ਮਿਲ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਮਿਲ ਸਹਾਏ ਦਸਾਂ ਪਾਤਸ਼ਾਹੀਆਂ ਕੀ ਰੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਸਤਿਗੁਰੂ ਆਪ ਜੀ ਕੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਫਤਿਹ ਹੱਟੀਆਂ ਜੰਮੀਆਂ ਤੱਪੀਆਂ ਜਿਨ੍ਹਾਂ ਨਾਮ ਜੰਮਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਰੀ ਦੇਗ ਸਹਿ ਕੇ ਅੰਡਿਟ ਕੀਤਾ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਗੁਰਨਾਮ ਜੀ ਦਿਆ ਕਰੇ ਪਰਿਵਾਰ ਦਾ ਆਮ
ਦੇ ਸੰਗ ਸਹਾਈ ਹੋ ਕਰਕੇ ਆਪਣੇ ਜਨਿਆਂ ਦੇ ਕਾਰ ਤੇ ਲੈ ਕਰਨੇ ਪਰਿਵਾਰ ਨੂੰ ਮਾਨ ਸੁੱਖ ਸ਼ਾਂਤੀ ਰੱਖਣੀ ਏਕਤਾ ਦਾ ਨਾਮ ਆਪਸੀ ਭਾਈਚਾਰਾ ਬਣਾਈ ਰੱਖਣਾ ਦੁੱਖਾਂ ਦਰਿਦਰਾਂ ਕਲੇਸ਼ਾਂ ਕਸ਼ਟਾਂ ਦੇ ਨਾਸ਼ ਕਰਨੇ ਤੇ ਅਰੋਗਤਾ ਤੰਦਰੁਸਤੀ ਦੀ ਦਾਤ ਰੱਖਣੀ ਗੁਰੂ ਘਰ ਦੀ ਪ੍ਰੀਤ ਸ੍ਰੀ ਗੁਰੂ ਚਰਨਾਂ ਦੇ ਨਾਲ ਹਮੇਸ਼ਾ ਜੋੜ ਕਰਕੇ ਰੱਖਣਾ ਮਹਾਰਾਜ ਜੀ ਮਹਾਰਾਜ ਦੀ ਦਾਤ ਰੱਖਣੀ ਗੁਰੂ ਘਰ ਦੀ ਪ੍ਰੀਤ ਸ੍ਰੀ ਅਮਰ ਦੇ ਵੇਲੇ ਦੀ ਸੇਵਾ ਸੰਭਾਲ ਰੱਖਣੀ ਪਾਤਸ਼ਾਹ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੇ ਲੁਕੇ ਹੋਏ ਖਜ਼ਾਨਿਆਂ ਦੇ ਵਿੱਚੋਂ ਮਹਾਰਾਜ ਗੁਰੂ ਘਰ ਦੀ ਮਾਨਤਾ ਵਾਸਤੇ ਮਹਾਰਾਜ ਇੱਕੀ ਹਜ਼ਾਰ ਰੁਪਇਆ ਆਪ ਜੀ ਦੀ ਕਿਰਪਾ ਨਾਲ ਗੁਰੂ ਘਰ ਨੂੰ ਭੇਟਾ ਕਰਦੇ ਹਨ ਪਾਤਸ਼ਾਹ ਦਇਆ ਕਰਿਆ ਜੀ ਪਾਤਸ਼ਾਹ ਜਿਹਨਾਂ ਖਜ਼ਾਨਿਆਂ ਦੇ ਵਿੱਚੋਂ ਤੇ ਮਾਇਆ ਕਰ ਹੋਈ ਮਾਇਆ ਇੱਕੇ ਸੁਖ ਖਜ਼ਾਨੇ ਭਰਪੂਰ ਕਰਨੇ ਕਾਲ ਮਿਹਨਤ ਦੂਰ ਕਰਨੇ ਦੀਆਂ ਦੇ ਦੇਹ ਰੱਖਣਾ ਵੇਚਿਆ ਹੋਇਆ ਕਰਨਾ ਕਿਰਤ ਕਮਾਈਆਂ ਵਿੱਚ ਬਰਕਤਾਂ ਕਰਨੀਆਂ ਏਕ ਤੋਂ ਅਨੇਕ ਹਰ ਮੈਦਾਨ ਹਰ ਦੀਵਾਨ ਵਧੇ ਰੱਖਣੇ ਨੇਕ ਕਮਾਈਆਂ ਕਰਦੇ ਵਰ ਵਰਤਨੇ ਪਾਤਸ਼ਾਹ ਆਪ ਜੀ ਦੇ ਹੁਕਮ ਅਨੁਸਾਰ ਪੰਚਾ ਅਮਰਤ ਬਿਹਾਵਰ ਕੜਾ ਪ੍ਰਸ਼ਾਦ ਦੀ ਦੇਖ ਔਰ ਗੁਰੂ ਕੇ ਨੰਦਰ ਆਪ ਜੀ ਦੇ ਹਜ਼ੂਰੀ ਸਕੇ ਹਨ ਮਹਾਰਾਜ ਆਪ ਦੀ ਪ੍ਰਸਾਦੇ ਦੀ ਧੂਪ ਕਰਕੇ ਅਨੇਕ ਪ੍ਰਕਾਰ ਭੋਜਨ ਬਹੁਤ ਜੀ ਬਹੁਤ ਵਿਜਨ ਨਿਸ਼ਟਾਏ ਕਰੀ ਕਾਕ ਸਾਧ ਬਹੁਤ ਪਵਿੱਤਰਾ ਅਨਗਾਵੋ ਰੋਗ ਹਰ ਰਾਏ ਆਦਿ ਕਾ ਪਰਵਾਨਿਆਂ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਾਧ ਸਾਧ ਸਤਨਾਮ ਤੇਰੀ ਵਾਹੇ ਗੁਰੂ ਕਾ ਜਾਪ ਤੇ ਪਾਸ਼ਾ ਬਿਆਨ ਤਨ ਜੜਾਈਆਂ
ਬਹੁਤ ਹੀ ਜ਼ਿਆਦਾ ਮੀਂਹ ਪਿਆ ਜਿਹਦੇ ਕਰਕੇ ਜਦ ਮੈਂ ਸਾਰਾ ਭਿੱਜਣਾ ਮੈਂ ਭਿੱਜ ਗਿਆ, ਮੇਰੇ ਕੱਪੜੇ ਭਿੱਜ ਗਏ, ਜਿਹੜਾ ਮੇਰਾ ਬਸਤਾ ਸੀ ਉਹ ਵੀ ਭਿੱਜ ਗਿਆ, ਉਹਦੇ ਵਿੱਚੋਂ ਕਿਤਾਬਾਂ ਕੱਢੀਆਂ ਸਨ ਉਹ ਵੀ ਭਿੱਜ ਗਈ ਨਾ। ਕਹਿੰਦਾ ਜਦੋਂ ਮੈਂ ਘਰ ਪਹੁੰਚਿਆ ਨਾ ਤੇ ਘਰ ਦੀ ਤਮੀਜ਼ ਦੇ ਅੰਦਰ ਪੈਰ ਦਰਿਆ ਹੀ ਹੈ, ਪਹਿਲਾਂ ਕਦਮ ਟੁੱਟੇ ਨਹੀਂ ਤੇ ਸਾਹਮਣੇ ਕਿਵੇਂ ਇੰਨਾ ਬਾਪ ਬੈਠਾ। ਤੇ ਮੈਨੂੰ ਕਹਿੰਦਾ ਕਹਿੰਦਾ ਕਿ ਤੈਨੂੰ ਪਤਾ ਹੈ ਕਿ ਰਸਤੇ ਚ ਮੀਂਹ ਪੈਣਾ, ਕੁਛ ਹੋ ਜਾਣਾ ਜਾਂ ਕੁਛ ਹੋਣਾ ਤੈਨੂੰ, ਤੇ ਤੂੰ ਦੋ ਮਿੰਟ ਖਲੋ ਨਹੀਂ ਸਕਦਾ, ਸਕਦਾ ਸਾਰੇ ਕੱਪੜੇ ਭੇਜ ਕੇ ਆ ਗਏ। ਥੋੜਾ ਜਿਹਾ ਕਹਿੰਦਾ ਅੱਗੇ ਗਿਆ ਤੇ ਭੈਣ ਮਿਲ ਗਈ। ਭੈਣ ਕਹਿੰਦੀ ਕਿ ਵੀਰ ਤੈਨੂੰ ਪਤਾ ਕਿ ਘਰ ਦੀ ਮਾੜੀ ਹਾਲਤ ਹੈ, ਤੈਨੂੰ ਪਤਾ ਸਾਡੇ ਕੋਲ ਪੈਸਾ ਵੀ ਨਹੀਂ, ਲੇਕਿਨ ਫਿਰ ਵੀ ਸਾਡਾ ਪਿਓ ਤੈਨੂੰ ਪੜ੍ਹਾ ਰਿਹਾ, ਜਿਹੜੀਆਂ ਕਿਤਾਬਾਂ ਕਿੰਨੀਆਂ ਮਹਿੰਗੀਆਂ ਪਿਆ ਹੈ, ਜਿਹੜੇ ਤੇ ਦੋ ਮਿੰਟ ਰੁਕ ਜਾਂਦਾ ਬਰਸਾਤ ਰੁਕ ਜਾਂਦੀ ਤੂੰ ਫਿਰ ਘਰ ਆ ਜਾਂਦਾ, ਤੇਰੇ ਕੱਪੜੇ ਔਰ ਤੇਰੇ ਕਿਤਾਬਾਂ ਦੇ ਬਚ ਜਾਂਦੇ। ਕਹਿੰਦਾ ਇੰਨੀ ਗੱਲ ਵੇਖੀ ਤੇ ਪਿੱਛੇ ਕੀ ਵੇਖੀ, ਇੱਕ ਕੱਪੜਾ ਪੁਰਾਣਾ ਜਿਹਾ ਚੁੱਕ ਕੇ ਦੌੜਦੀ ਮਾਂ ਮੇਰੇ ਵੱਲ ਨੂੰ, ਇੱਕ ਕੱਪੜਾ ਚੁੱਕ ਕੇ ਮਾਂ ਭੱਜੀ ਆ ਭੱਜੀ ਆ ਰਹੀ ਮੇਰੇ ਵੱਲ ਨੂੰ। ਤੇ ਕਹਿੰਦਾ ਆਂਦੇ ਸਾਰ ਮੇਰਾ ਪਹਿਲੇ ਨੰਬਰ ਪੁੱਜਿਆ, ਮੇਰੇ ਸਿਰ ਪੁੱਜਿਆ, ਮੇਰੇ ਕੱਪੜੇ ਪੁੱਜੇ, ਤੇ ਕੀ ਕਹਿਣ ਲੱਗੇ ਔਰ ਬਾਹਰ ਕਿਤੇ ਦੋ ਮਿੰਟ ਦੋ ਵਕਤ ਕਿਤੇ ਦੋ ਮਿੰਟ ਨੀ ਲੇਟ ਪਾ ਲੈਂਦਾ ਤੇ ਮੇਰਾ ਪੁੱਤਰ ਸੁੱਤਾ ਘਰ ਤੇ ਆ ਜਾਂਦਾ। ਮਾਂ ਦਾ ਦੇਣ ਸੰਸਾਰ ਦੇ ਉੱਤੇ ਕੋਈ ਨਹੀਂ ਦੇ ਸਕਦਾ, ਜਿੰਨੇ ਵੀ ਰਿਸ਼ੀ ਮੋਨੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਅਗਰ ਇਸ ਧਰਤੀ ਤੇ ਆਏ ਨੇ, ਉਹਨੂੰ ਮਾਂ ਵਰਗੇ ਬੂਟੇ ਦੀ ਛਾਂ ਮਾਨਣ ਦਾ ਆਨੰਦ ਮਿਲਿਆ, ਤਾਂ ਹੀ ਇਸ ਧਰਤੀ ਤੇ ਆ ਕੇ ਪ੍ਰਚਾਰ ਕਰਦਾ। ਮਾਂ ਉਹ ਛਾਂ ਹੈ ਜਿੰਦਾ ਬੂਟੇ ਦੀ ਛਾਂ ਚ ਸਾਰੇ ਮਾਣਦੇ ਹਾਂ। ਇੱਥੇ ਭੈਣਾਂ ਬੀਬੀਆਂ ਬੈਠੀਆਂ ਨੇ, ਔਰਤ ਦਾ ਦੁੱਖ ਸਿਰਫ ਔਰਤ ਸਮਝ ਸਕਦੀ ਹੈ, ਜਿੱਦਾਂ ਕਿ ਆਪਣੇ ਆਦਮੀ ਨੂੰ ਸੂਈ ਦੇ ਕੱਟਾ ਵਿੱਚੋਂ ਲਿਆਵੇ ਤੇ ਨਹੀਂ ਦੱਸਦੀ ਹੱਸ ਖੇਡ ਕੇ ਨਹੀਂ ਦਿੰਦੀ। ਅੱਜ ਸਾਡੀਆਂ ਦੀ ਸੰਤਾਨ ਲੋਕਾਂ ਨੂੰ ਆਪ ਕਰੂੰ ਮੈਂ ਬਹੁਤ ਚੀਕ ਹੋ ਜੋ ਇਸ ਸੰਸਾਰ ਨੂੰ ਸਦੀਵ ਛੋੜਾ ਕਰਦੇ, ਜਿਹਨਾਂ ਨੇ ਕਾਫੀ ਸਮਾਂ ਸਾਡੇ ਕੁੱਕੜ ਸਰਦਾਰ ਲੱਖਾ ਸਿੰਘ ਸੁਵਾਲੀ ਦੇ ਕਰੋ, ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ, ਰੱਖਾਇਆ ਵੀ ਹੈ, ਵਿਦੇਸ਼ਾਂ ਤੱਕ ਹੀ ਪਹੁੰਚਾਇਆ ਔਰ ਘਰ ਨੂੰ ਸ਼ਾਂਤ ਤੇ ਰੱਖਿਆ ਹੋਇਆ। ਇਹ ਦੇਣ ਇੱਕ ਔਰਤ ਨੇ ਮਾਂ ਜੀ ਆਪਣੇ ਪਰਿਵਾਰ ਨੂੰ, ਉਹਨਾਂ ਨੇ ਸਾਂਭ ਕੇ ਆਪਣੇ ਪਰਿਵਾਰ ਨੂੰ ਰੱਖਿਆ ਹੋਇਆ ਸੀ, ਬਹੁਤ ਨਿੱਘੇ ਸੁਭਾਅ ਦੇ ਸਨ। ਇੱਥੋਂ ਤੱਕ ਕਿ ਕਦੇ ਭੂਆ ਪਰਮਿੰਦਰ ਕੌਰ ਜੀ, ਸਰਦਾਰ ਸਰਦਾਰ ਸਿੰਘ ਮੇਰੇ ਬਾਪੂ ਜੀ, ਉਹਨਾਂ ਦੇ ਜਿਤਨੀਆਂ ਵੀ ਲੜਕੀਆਂ ਨੇ ਮੇਰੀਆਂ ਭੂਆ, ਉਹ ਸਾਰੇ ਬਹੁਤ ਨਿੱਘੇ ਦੇ ਪਿਆਰੇ ਸੁਭਾਅ ਦੇ, ਇਹਨਾਂ ਦਾ ਸੁਭਾਅ ਬਹੁਤ ਨਿਖੜਾ ਸੀ, ਕਿਤੇ ਵੀ ਮਿਲਦੇ ਮੈਂ ਬੜੇ ਪਿਆਰ ਦੇ ਸਤਿਕਾਰ ਨਾਲ ਮਿਲਣਾ। ਇਹ ਬਹੁਤ ਹੀ ਦੁੱਖ ਦੀ ਘੜੀ ਹੈ, ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਪੇਸ਼ ਕਰਾਂਗੇ ਕਿ ਪਰਿਵਾਰ ਨੂੰ ਪਿੱਛੇ ਮਾਣਾ ਉਹਨਾਂ ਦੀ ਬਾਦ ਨੂੰ ਦਾ ਸੁਖਾ ਬਖਸ਼ ਕਰ। ਦੇਖੋ ਜਿੱਥੇ ਪਰਿਵਾਰ ਦੇ ਨਾਲ ਅਸੀਂ ਸਾਕਸ਼ਤਾ ਦੀ ਦੁੱਖ ਵੰਡਾਉਣ ਆਉਂਦੇ ਹਾਂ ਤੇ ਦੁੱਖ ਵੰਡਿਆ ਜਾਂਦਾ ਹੈ, ਸੁੱਖ ਦੇ ਵਿੱਚ ਸ਼ਰੀਕ ਹੋਈਏ ਤੇ ਸੁੱਖ ਵਧਿਆ ਜਾਂਦਾ ਹੈ। ਜੇ ਅਸੀਂ ਅੱਜ ਦੁੱਖ ਵਡਾਉਣ ਆਏ ਹਾਂ, ਠੀਕ ਹੈ ਜੀ, ਸੰਸਾਰ ਨੂੰ ਪਿੱਛੇ ਜਾਣਾ ਰੋਣ ਜ਼ਰੂਰ ਆਉਂਦਾ, ਅਸੀਂ ਰੋਣੇ ਜ਼ਰੂਰ ਆ, ਮਨ ਮਿਲਾਪ ਜ਼ਰੂਰ ਕਰਦਾ, ਲੇਕਿਨ ਕਿਤੇ ਸੋਚ ਕੇ ਵੇਖੋ ਸਮਾਜ ਨੇ ਗਿਆਨੀ ਜੀ ਕਥਾ ਕਰਦੇ ਸਮੇਂ ਤੇ ਬੈਠੇ ਕਿ ਸਾਡੇ ਚਿਹਰੇ ਕਿਸੇ ਦੇ ਨਾਲ ਨਹੀਂ ਮਿਲਦੇ, ਉਹ ਏਡਾ ਮਾਲਕ ਗਿਆ ਹੁੰਦਾ। ਮੈਂ ਕਈ ਵਾਰੀ ਸੋਚਿਆ ਇੱਕ ਮਾਂ ਨੇ ਅਗਰ ਚਾਰ ਪੁੱਤਰ ਦੋ ਧੀਆਂ ਨੂੰ ਜਨਮ ਦਿੱਤਾ ਹੈ, ਉਹਨਾਂ ਦੇ ਮਾਂਦਰੇ ਇੱਕੋ ਜਿਹੇ ਨਾਲ ਮਿਲ ਸਕਦੇ ਨੇ ਇੱਕ ਦੂਜੇ ਦੇ ਨਾਲ, ਉਹਨਾਂ ਦਾ ਰੰਗ ਕਿਸੇ ਦਾ ਕਾਲਾ ਹੋ ਸਕਦਾ ਹੈ, ਕਿਸੇ ਦਾ ਚਿੱਟਾ ਹੋ ਸਕਦਾ ਹੈ, ਕਿਸੇ ਦੇ ਵਾਲ ਜਲਦੀ ਚਿੱਟੇ ਹੋ ਸਕਦੇ ਨੇ, ਕਿਸੇ ਦੇ ਕਾਲੇ ਰਹਿ ਸਕਦੇ ਨੇ, ਲੇਕਿਨ ਇੱਥੋਂ ਤੱਕ ਉਸ ਮਾਲਕ ਨੇ ਤੁਹਾਨੂੰ ਪੈਦਾ ਕੀਤਾ ਕਿ ਜਿਹੜੀਆਂ ਤੁਸੀਂ ਅੱਖਾਂ ਦੇ ਨਾਲ ਉਸ ਗੁਰੂ ਦੇ ਦਰਸ਼ਨ ਕਰਦੇ ਹੋ ਜਾਂ ਕਿਸੇ ਨੂੰ ਆਪਾਂ ਵੇਖਦੀਆਂ ਕਰੀਆਂ, ਉਸ ਮਾਲਕ ਨੇ ਤੁਹਾਨੂੰ ਅੱਖਾਂ ਨਹੀਂ ਦਿੱਤੀਆਂ, ਉਹ ਅੱਖਾਂ ਦੇ ਪਿੱਛੇ ਉਹ ਰੋਸ਼ਨੀ ਨਹੀਂ ਪਾਈ ਹੈ ਜਿਹਦੇ ਨਾਲ ਅਸੀਂ ਉਸ ਮਾਲਕ ਨੂੰ ਜਾਂ ਕਿਸੇ ਨੂੰ ਵੇਖ ਸਕਦੇ ਹਾਂ। ਔਰ ਕੱਲੀ ਜ਼ੁਬਾਨ ਨਹੀਂ ਮਾਲਕ ਦੀ ਬੋਲਦੀ ਬੋਲਣ ਵਾਸਤੇ, ਉਹ ਜ਼ੁਬਾਨ ਦੇ ਪਿੱਛੇ ਉਹ ਆਵਾਜ਼ ਵੀ ਪਾਈ ਹੈ ਜਿਹਦੇ ਨਾਲ ਅਸੀਂ ਕਿਸੇ ਨੂੰ ਆਵਾਜ਼ ਸਕਦੇ ਹਾਂ, ਆਵਾਜ਼। ਔਰ ਕੱਲੇ ਕੰਨ ਹੀ ਤੁਹਾਨੂੰ ਜਿੱਥੇ ਕਿ ਸੁਣਨ ਵਾਸਤੇ, ਉਹ ਸੁਣਨ ਦੇ ਪਿੱਛੇ ਉਹ ਸ਼ਕਤੀ ਵੀ ਪਾਈ ਹੈ ਜਿਹਦੇ ਨਾਲ ਤੁਸੀਂ ਕਿਸੇ ਨੂੰ ਸੁਣ ਸਕਦੇ ਹੋ। ਪਰ ਕਦੀ ਬੈਠ ਕੇ ਵਿਚਾਰ ਕਰਿਓ, ਸੋਚਿਓ ਮਨ ਦੇ ਨਾਲ ਕਿ ਨਾ ਦੇ ਮਾਲਕ ਨੇ ਮੈਨੂੰ ਅੰਨਾ ਪੈਦਾ ਕੀਤਾ, ਨਾ ਮੇਰਾ ਨੱਕ ਵੱਡਿਆ ਹੋਇਆ, ਨਾ ਮੇਰਾ ਕੰਨ ਵੱਡਿਆ, ਨਾ ਮੈਂ ਸੁਣ ਸਕਦਾ, ਨਾ ਮੈਂ ਬੋਲ ਸਕਦਾ, ਮਾਲਕ ਨੇ ਮੈਨੂੰ ਸਾਰਾ ਸਾਬਣ
ਜਿਹੜੇ ਅੰਨੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਅੱਖਾਂ ਦੀ ਕੀ ਕਦਰ ਹੈ, ਜਿਹੜੇ ਬੋਲ ਨਹੀਂ ਸਕਦੇ ਉਹਨਾਂ ਨੂੰ ਪੁੱਛੋ ਜ਼ੁਬਾਨ ਦੀ ਕੀ ਕਦਰ ਹੈ, ਔਰ ਜਿਹੜੇ ਸੁਣ ਨਹੀਂ ਸਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਕੰਨਾਂ ਦੀ ਕੀ ਕਦਰ ਹੈ। ਔਰ ਲੇਕਿਨ ਮਾਫ਼ ਕਰਨਾ, ਵਿਦਵਾਨ ਸਾਰੇ ਕਹਿੰਦੇ ਹੋ, ਫਿਰ ਵੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਦਾ ਦਿਨ ਤੁਸੀਂ ਵਿਖਾ ਦਿੱਤਾ ਮੰਨ ਦਿੱਤਾ ਤੇ 24 ਘੰਟੇ ਸਵਾਸ ਜਿਹੜਾ ਤੁਹਾਡਾ ਨਾਮ ਜਪਣਾ ਚਾਹੀਦਾ ਸੀ ਆਪਣੇ ਕਾਲ ਵਿਹਾਰ ਚ ਦਿੱਤਾ ਕਰ ਦਿੱਤਾ, ਤੇ ਲੇਕਿਨ ਜਿਹੜੀ ਘੜੀ ਮੈਂ ਤੁਹਾਡੇ ਕੋਲ ਬੈਠ ਕੇ ਤੁਹਾਨੂੰ ਦਰਸ਼ਨ ਕਰਨੀ ਸਰ ਤੁਸੀਂ ਉਹ ਵੀ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ। ਇਹ ਬਹੁਤ ਮਾੜੀ ਗੱਲ ਹੈ, ਜ਼ਰੂਰ ਗੁਰੂ ਦਾ ਧੰਨਵਾਦ। ਇੱਕ ਪ੍ਰਾਣੀ ਜਦੋਂ ਚੜ੍ਹਦਾ ਤੇ ਰੋਣਾ ਠੀਕ ਹੈ ਮਨ ਨੂੰ ਆਉਂਦਾ ਹੈ, ਲੇਕਿਨ 5 ਪੁਆਇੰਟ ਅੱਖਾਂ ਬੰਦ ਕਰਕੇ ਉਹਦੀ ਫੋਟੋ ਆਪਣੇ ਮਨ ਦੇ ਵਿੱਚ ਵਸਾ ਕੇ ਵਾਹਿਗੁਰੂ ਦਾ ਜਾਪ ਜ਼ਰੂਰ ਕਰਿਆ ਕਰੋ। ਉਸ ਵਰਗਾਂ ਦੇ ਵਿੱਚ ਨਾਮ ਦੀ ਜ਼ਰੂਰ ਆਪਣੇ ਮਨ ਤੇ ਕਰਿਆ ਕਰੋ, ਕਿਸੇ ਦੀ ਵੀ ਦੁੱਖ ਚ ਸ਼ਰੀਕ ਹੋ ਜਾਓ। ਉਹਦੀ ਫੋਟੋ ਜ਼ਰੂਰ 5 ਮਿੰਟ ਤੁਸੀਂ ਅੱਖਾਂ ਬੰਦ ਕਰੋ, ਅੱਜ ਹੀ ਤੁਸੀਂ 5 ਮਿੰਟ ਅੱਖਾਂ ਬੰਦ ਕਰੋ, ਦੁਆ ਜੀ ਦੀ ਫੋਟੋ ਤੁਹਾਡੇ ਮਨ ਦੇ ਵਿੱਚ ਛੱਡ ਜਾਣੀ, ਜਿਹੜੇ ਉਹਨੂੰ ਪਿਆਰ ਕਰਦੇ ਸਰਦਾਰ ਸਿੰਘ ਸਵਾਲੀ ਜੀ ਨੂੰ ਬੇਨਤੀ ਹੈ ਕਿ ਸਟੇਜ ਦੇ ਕੋਲ ਆ ਜਾਣਾ ਦੇ ਮੁੱਖ ਸੇਵਾਦਾਰ ਸਰਦਾਰ ਗੁਰੂ ਨਾਨਕ ਸਿੰਘ ਜੀ ਦੀ ਪਾਲ, ਜੋ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਿਰ ਪਾਉ ਦੇ ਬਖਸ਼ਿਸ਼ ਕਰਨਗੇ।
ਚੱਲੇ
Thank you.
ਵਿੱਚ ਇੱਧਰ ਹੌਲੀ 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 ਬੰਦ ਕਰਦੀ ਹੈ ਉਹਨੂੰ ਜ਼ਿਆਦਾ ਰਹਿੰਦੀ ਹੈ